ਤੇ ਗੱਤਕਾ ਕਰਨ ਦਾ ਸ਼ੌਂਕ ਮੈਨੂੰ 4-5 ਸਾਲ ਦੀ ਉਮਰ ਤੋਂ ਪਿਆ ਤੇ ਪਾਪਾ ਨੇ ਤੇ ਚਾਚਾ ਨੇ ਦੋਨਾਂ ਨੇ ਮੈਨੂੰ ਗੱਤਕਾ ਸਿਖਾਇਆ ਇਕੱਠਿਆਂ ਘਰ ਦੇ ਵਿੱਚ ਹੀ ਮੈਂ ਗੱਤਕਾ ਸਿੱਖੀ ਆ ਕਦੇ ਕਿਸੇ ਹੋਰ ਕੋਲੋਂ ਨਹੀਂ ਸਿੱਖਿਆ ਹੁਣੇ ਰੀਸੈਂਟਲੀ ਥੋੜਾ ਜਿਹਾ ਕਿਸੇ ਤੋਂ ਕੋਸ਼ਿਸ਼ ਕੀਤੀ ਸੀ ਸਿੱਖਣ ਦੀ ਬਟ ਥੋੜਾ ਬਹੁਤ ਜ਼ਿਆਦਾ ਨਹੀਂ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਵੀ ਹੁੰਦੀ ਆ ਕਿ ਮੈਂ ਇੰਨੇ ਸੋਹਣੇ ਪਰਿਵਾਰ 'ਚ ਜਨਮ ਲਿੱਤਾ ਜਿੱਥੇ ਮੈਨੂੰ ਪੰਜਾਬੀ ਬੋਲਣੀ ਸਿਖਾਈ ਮੈਨੂੰ ਗੱਤਕਾ ਸਿਖਾਇਆ ਮੈਨੂੰ ਕੀਰਤਨ ਕਰਨਾ ਸਿਖਾਇਆ ਅਤੇ ਉਸ ਤੋਂ ਵੀ ਜ਼ਿਆਦਾ ਮੈਨੂੰ ਪ੍ਰਾਊਡ ਹੈ ਫੀਲ ਹੁੰਦਾ ਕਿ ਮੈਂ ਇੱਕ ਸਿੱਖ ਧਰਮ 'ਚ ਇੱਕ ਐਸੇ ਧਰਮ 'ਚ ਜੋ ਇੰਨਾ ਪਿਆਰਾ ਇੰਨਾ ਜ਼ਿਆਦਾ ਮਾਣ ਸਨਮਾਨ ਵਾਲਾ ਧਰਮ ਹੈਗਾ ਇੱਥੇ ਮੈਂ ਜਨਮ ਲਿੱਤਾ ਇਸ ਧਰਮ ਦੇ ਵਿੱਚ ਹਰ ਕਿਸੇ ਨੂੰ ਸਾਡੇ ਰਿਸ਼ਤੇਦਾਰਾਂ ਤੱਕ ਨੂੰ ਬਹੁਤ ਮਾਣ ਹੈ ਸਾਡੇ 'ਤੇ ਅਤੇ ਜੰਮੂ ਤੋਂ ਸਾਨੂੰ ਬਹੁਤ ਪਿਆਰ ਲੱਭਿਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਇਨ ਚੀਜ਼ਾਂ ਨਾਲ ਜੁੜੇ ਹਾਂ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਗੱਤਕਾ ਖੇਡਦੇ ਹਾਂ ਅਤੇ ਲੋਕ ਸਾਡੀ ਤਾਰੀਫ ਕਰਦੇ ਨੇ ਕਿ ਤੁਸੀਂ ਇੰਨੇ ਵੱਡੇ ਸ਼ਹਿਰ ਦਿੱਲੀ 'ਚ ਹੋ ਕੇ ਤੁਸੀਂ ਪੰਜਾਬੀ ਬੋਲਦੇ ਹੋ ਅਤੇ ਆਪਣੇ ਵਿਰਸੇ ਤੋਂ ਕਦੇ ਡੋਲੇ ਨਹੀਂ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਂ 21 ਈਅਰਸ ਦੀ ਹਾਂ ਅਤੇ ਮੈਂ MA ਕਰ ਰਹੀ ਹਾਂ ਪੰਜਾਬੀ ਦੇ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਮਾਤਾ ਸੁੰਦਰੀ ਕਾਲਜ ਮੇਰਾ ਜਨਮ ਦਿੱਲੀ ਦੇ ਵਿੱਚ ਹੋਇਆ ਬਟ ਸਾਡਾ ਇੱਥੇ ਵੀ ਜੰਮੂ ਦੇ ਵਿੱਚ ਵੀ ਘਰ ਹੈਗਾ ਅਤੇ ਅਸੀਂ ਨਿੱਕੇ ਹੁੰਦੇ ਤੋਂ ਹੀ ਕੀਰਤਨ ਵੀ ਕਰਦੇ ਹਾਂ ਅਤੇ ਗੱਤਕਾ ਵੀ ਕਰਦੇ ਹਾਂ ਸਾਡੇ ਪੇਰੈਂਟਸ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਕੀਰਤਨ ਦੇ ਵਿੱਚ ਵੀ ਅਤੇ ਗੱਤਕੇ ਦੇ ਵਿੱਚ ਵੀ ਮੇਰਾ ਨਾਮ ਜਸਮੀਤ ਕੌਰ ਹੈ ਮੈਂ 18 ਸਾਲ ਦੀ ਹਾਂ ਅਤੇ ਮੈਂ BA ਇਨ ਪੰਜਾਬੀ ਕਰ ਰਹੀ ਹਾਂ ਪਰ ਜੋ ਗੱਤਕਾ ਹੈ ਜੋ ਅਸੀਂ ਗੱਤਕਾ ਸਿੱਖਿਆ ਆਪਣੇ ਨਿੱਕੇ ਹੁੰਦਿਆਂ ਤੋਂ 4 ਸਾਲ ਦੀ ਉਮਰਾਂ ਤੋਂ ਸਾਨੂੰ ਸਾਡੇ ਚਾਚਾ ਜੀ ਅਤੇ ਪਾਪਾ ਜੀ ਨੇ ਸਾਨੂੰ ਸਿਖਾਇਆ ਸ਼ੁਰੂ ਤੋਂ ਕਿ ਗੱਤਕਾ ਖੇਡਣਾ ਕੀਰਤਨ ਕਰਨਾ ਅਤੇ ਇਸ ਸਭ ਦੇ ਵਿੱਚ ਸਾਡੀ ਰੁਚੀ ਬਣੀ ਰਹੀ ਜੋ ਅਜੇ ਵੀ ਸਾਡੇ ਨਾਲ ਹੈਗੀ ਹੈ ਸਾਡੇ ਵਿੱਚ ਬਰਕਰਾਰ ਹੈ ਮੈਂ ਗੁਰਸ਼ਰਨ ਕੌਰ 16 ਸਾਲ ਦੀ ਹਾਂ ਅਤੇ 10ਵੀਂ ਕਰ ਰਹੀ ਹਾਂ ਦਿੱਲੀ ਹੀ ਪੜ੍ਹਦੇ ਹਾਂ ਸਾਰੇ ਦਿੱਲੀ ਹੀ ਰਹਿੰਦੇ ਹਾਂ ਪਰ ਹੁਣ ਜੰਮੂ ਆਉਣਾ ਜਾਣਾ ਕਾਫੀ ਹੋ ਗਿਆ ਇੱਥੇ ਵੀ ਆਪਣਾ ਘਰ ਹੈ ਅਤੇ ਹਰ ਸਾਲ ਅਸੀਂ ਨਗਰ ਕੀਰਤਨ ਜ਼ਰੂਰ ਜਾਂਦੇ ਹਾਂ ਬਚਪਨ ਤੋਂ ਗੱਤਕਾ ਖੇਡਦੇ ਆਏ ਹਾਂ ਔਰ ਬਹੁਤ ਚੀਜ਼ਾਂ ਦਾ ਸ਼ੌਕ ਹੈ ਅਤੇ ਰੱਬ ਦੀ ਮਿਹਰ ਨਾਲ ਅਸੀਂ ਜਿਸ ਚੀਜ਼ ਦਾ ਸ਼ੌਕ ਰੱਖਦੇ ਹਾਂ ਉਹ ਪਾਰਟੀਸੀਪੇਟ ਵੀ ਕਰ ਪਾਉਂਦੇ ਹਾਂ ਅਤੇ ਘਰ ਵੱਲੋਂ ਪੂਰਾ ਸਪੋਰਟ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਕੌਰ ਹੈ ਅਤੇ ਮੈਂ 16 ਸਾਲ ਦੀ ਹਾਂ ਔਰ ਮੈਂ 10th ਕਰ ਰਹੀ ਹਾਂ ਅਸੀਂ ਸਾਡਾ ਇਹ ਰਹਿੰਦਾ ਹੈ ਕਿ ਅਸੀਂ ਸਾਰੀ ਜਗ੍ਹਾ ਪਾਰਟੀਸਪੇਟ ਕਰੀਏ ਕੀਰਤਨ 'ਚ ਔਰ ਗੱਤਕੇ 'ਚ ਸਾਡੇ ਮਤਲਬ ਸਾਡੇ ਦਿਲ ਨੂੰ ਬਹੁਤ ਸਕੂਨ ਮਿਲਦਾ ਜਦੋਂ ਅਸੀਂ ਕੀਰਤਨ ਕਰਦੇ ਹਾਂ ਔਰ ਗੱਤਕਾ ਖੇਡਦੇ ਹਾਂ ਜਿਸ ਵੇਲੇ ਸਿੰਘ ਜੰਗਾਂ ਵਿੱਚ ਲੜਨ ਵਾਸਤੇ ਜਾਂਦੇ ਹੁੰਦੇ ਸੀ ਤਾਂ ਉੱਥੇ ਉਹ ਵਾਰਾਂ ਪੜ੍ਹਦੇ ਹੁੰਦੇ ਸੀ ਅਤੇ ਮੈਂ ਇੱਕ ਵਾਰ ਪੇਸ਼ ਕਰਨਾ ਚਾਹੁੰਦੀ ਹਾਂ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਤੇਰੇ ਦਰਬਾਰ ਅੰਦਰੋਂ ਧੂੜੀ ਲਾ ਕੇ ਮੱਥੇ ਉੱਤੇ ਤੇਰੇ ਦਰਬਾਰ ਅੰਦਰੋਂ ਧੂੜੀ ਲਾ ਕੇ ਮੱਥੇ ਉੱਤੇ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ
पंज कुट अमृत दे पीके तेरे बाटियां चों, पंज कुट अमृत दे पीके तेरे बाटियां चों, मस्त होए हाथियां नूं ढावे तेरा खालसा, मस्त होए हाथियां नूं ढावे तेरा खालसा, जेकर जोर अजमाउण दी लोड़ पवे, जेकर जोर अजमाउण दी लोड़ पवे ते हस हस छाती मूरे ढावे तेरा। साड़ी जॉइंट फैमिली है ते असी दिल्ली रहिंदे रहे हाँ बचपन तो ही ते साड़ा यही रहा स्टार्टिंग तो के भी असी पंजाबी बोलनी हाँ घर दे विच ते जे बाहर जाना ते उत्थे असी हिंदी या इंग्लिश यूज़ करनी हाँ उस तो अलावा असी पंजाबी ही बोली है साड़ी माँ बोली पंजाबी है ते असी पंजाबी ही बोली है स्टार्टिंग तो ते उस तो अलावा असी अपने विरसे नू सपोर्ट करते हाँ अपने विरसे नू वधाना चाहते हाँ असी अपने फ्रेंड्स नू भावें वह सिख होवे भावें नॉन सिख होवे उन्हूं भी असी दसदे हाँ कि भी साडा सिख विरसा इदां सानू इन्ना महान ते इन्ना अमीर विरसा मिलिया कि जो कि बहुत औखा हुंदा किसी नू मिलना। तो गतका करन दा शौक मैनू 4-5 साल की उम्र तो पिया ते पापा ने ते चाचा ने दोनों ने मैनू गतका सिखाया कट्ठिया घर दे विच ही मैं गतका सीखी हाँ कदे किसे होर कोलों नहीं सीखिया हुणे रीसेंटली थोड़ा जिहा किसे तो कोशिश कीती सी सीखन दी बट थोड़ा बहुत ज़्यादा नहीं ते उस तो अलावा मैं हमेशा घर तो ही दादा जी ने मैनू कीर्तन सिखाया बचपन तो ही ते बहुत ज़्यादा शौक मैनू रहा इन्हां चीज़ां दा स्टार्टिंग तो ही ते पाठ भी करन दा शौक रहा वो बाणी कंठ करन दा भी सानू दिल विच प्यार सी गुरु महाराज दे नाल उन्हां दी मेहर दे नाल असी ये सब काम कीते ते उस तो अलावा हुणे रीसेंटली भी जम्मू दे विच ही असी गतके दे विच पार्टिसिपेट कीता जदों हुणे नगर कीर्तन होया सीगा असी गए सी सिंबल दे नगर कीर्तन दे विच ते उत्थे सानू जम्मू दी संगत ने बहुत प्यार कीता असी कीर्तन भी करदे हाँ ते सानू जम्मू दी संगत बहुत प्यार करती आ अजीत नगर गुरुद्वारे दे विच असी थोड़े थोड़े टाइम दे विच कीर्तन करते रहने तो उत्थे भी सानू बहुत प्यार मिलता ते उदे वास्ते जम्मू दी संगत नूं बहुत बहुत धन्नवाद। जे मैं अपनी गल करां तो मैनू बहुत ही ज़्यादा प्राउड फील हुंदा है खुद ते मैनू बहुत ही ज़्यादा खुशी भी हुंदी है कि मैं इन्ने सोहणे परिवार च जन्म लिता जिथे मैनू पंजाबी बोलनी सिखाई मैनू गतका सिखाया मैनू कीर्तन करना सिखाया ते उस तो भी ज़्यादा मैनू प्राउड है फील हुंदा कि मैं एक सिख धर्म च एक ऐसे धर्म च जो इन्ना प्यारा इन्ना ज़्यादा माण सम्मान वाला धर्म हैगा इत्थे मैं जन्म लिता इस धर्म दे विच गुरु साहब दी इन्नी कृपा हुई साडे उत्ते कि असी कोई भी ऐसी असी आइडल बने हर जगह जाके
हर जगह असी अपना बेस्ट दिता, अपने साढ़े गतके दे विच गतका सिखिया, गतके विच बेस्ट दिता। तो अज जो भी सानू असी जिहड़े वार कढ़दे आ, जिहड़े असी सोटियां घुमांदे आ, तो जिहड़े वड्डे वड्डे उस्ताद ने देख के इन्ने खुश हुंदे ने कि इन्नी कुड़ियां हो के असी तो इन्ने सोहणे सोहणे वार कढ़ने, बहुत वड्डी गल हैगी आ साडे लई। तो मैं यह भी कहना चाहती हाँ सारिआं नू, मेरी हथ जोड़ के बेनती है कि मैं अपने सोसाइटी विच वेख्या, अपने रिश्तेदारां विच वेख्या, वो अपने बच्चों नू पंजाबी बोलना नहीं सिखाउंदे। एक बच्चे दे नाल लग के घर दे पंज जने वड्डे जिहड़े हैगे ने वो हिंदी बोलन लग पैंदे ने, पर बच्चे नू पंजाबी कोई नहीं सिखाउंदा। तो मैं बेनती हैगी मेरे वल्लों कि सारे अपने बच्चों नू पंजाबी बोलना, पंजाबी लिखना, कीर्तन करना, पाठ करना सिखाओ, ताकि साडा जिहड़ा कल्चर है वो अगे वध सके, असी दस सकीए कि असी किहड़े विरसा की आ, साडा जिहड़ा सिख विरसा की आ, असी सारे नू दस सकीए। ਸ੍ਰੀ ਸਾਹਿਬ ਅਤੇ ਦੂਜੇ ਹੱਥ ਵਿੱਚ ਢਾਲ, ਮੈਂ ਆਇਆ ਵਿੱਚ ਮੈਦਾਨ ਦੇ, ਮੇਰੀ ਪੈਜ ਰੱਖੀ ਕਰਤਾਰ, ਮੈਂ ਗਿਣ ਗਿਣ ਬਾਜੀਆਂ ਜਿੱਤੀਆਂ, ਮੈਨੂੰ ਕਦੇ ਨਾ ਆਵੇ ਹਾਰ, ਮੈਂ ਨਾਮ ਤੇ ਆਵਾਂ ਉਸ ਗੁਰੂ ਦਾ ਜੋ ਬੋਲੇ ਸੋ ਨਿਹਾਲ। ਬਹੁਤ ਫਕਰ ਦੀ, ਬਹੁਤ ਮਾਣ ਦੀ ਗੱਲ ਹੈ ਕਿ ਅਸੀਂ ਗੱਤਕਾ ਕਰਦੇ ਹਾਂ, ਹਰ ਕਿਸੇ ਨੂੰ ਸਾਡੇ ਰਿਸ਼ਤੇਦਾਰਾਂ ਤੱਕ ਨੂੰ ਬਹੁਤ ਮਾਣ ਹੈ ਸਾਡੇ 'ਤੇ, ਅਤੇ ਜੰਮੂ ਤੋਂ ਸਾਨੂੰ ਬਹੁਤ ਪਿਆਰ ਲੱਭਿਆ, ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਇਨ ਚੀਜ਼ਾਂ ਨਾਲ ਜੁੜੇ ਹਾਂ। ਦਿੱਲੀ ਜੈਸੀ ਮੈਟਰੋ ਸਿਟੀ ਦੇ ਰਹਿਣ ਦੇ ਬਾਅਦ ਵੀ ਅਸੀਂ ਪੰਜਾਬੀ ਬੋਲਦੇ ਹਾਂ, ਅਤੇ ਅਸੀਂ ਮੇਰੇ ਨਾਲ ਕੋਈ ਹਿੰਦੀ 'ਚ ਗੱਲ ਕਰਦਾ ਬੱਚਾ ਇੱਥੇ, ਅਤੇ ਮੈਂ ਉਹਦੇ ਨਾਲ ਪੰਜਾਬੀ 'ਚ ਗੱਲ ਕਰਦੀ ਹਾਂ ਤਾਂ ਕਿ ਅੱਗੋਂ ਉਹ ਵੀ ਪੰਜਾਬੀ ਬੋਲੇ। ਅਤੇ ਬੜਾ ਦੁੱਖ ਹੁੰਦਾ ਜਦੋਂ ਅੱਗੋਂ ਹਿੰਦੀ ਹੀ ਬੋਲਦਾ, ਫਿਰ ਮੈਂ ਗੁੱਸਾ ਵੀ ਹੋ ਜਾਂਦੀ ਹਾਂ ਬੱਚਿਆਂ ਤੋਂ ਕਿ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ, ਪੰਜਾਬੀ ਬੋਲਦੇ ਨੇ, ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਨ ਦੇ ਵਿੱਚ ਹਿੰਦੀ ਮਿਕਸ ਕਰ ਦਿੰਦੇ ਨੇ, ਬਟ ਕੋਸ਼ਿਸ਼ ਤਾਂ ਕਰਦੇ ਨੇ। ਮੈਂ ਮਨਪ੍ਰੀਤ ਕੌਰ, ਨਾ ਸਾਰਿਆਂ ਤੋਂ ਛੋਟੀ ਹਾਂ, ਅਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਗੱਤਕਾ ਖੇਡਦੇ ਹਾਂ ਅਤੇ ਲੋਕ ਸਾਡੀ ਤਾਰੀਫ ਕਰਦੇ ਨੇ ਕਿ ਤੁਸੀਂ ਇੰਨੇ ਵੱਡੇ ਸ਼ਹਿਰ ਦਿੱਲੀ 'ਚ ਹੋ ਕੇ ਤੁਸੀਂ ਪੰਜਾਬੀ ਬੋਲਦੇ ਹੋ ਅਤੇ ਆਪਣੇ ਵਿਰਸੇ ਤੋਂ ਕਦੇ ਡੋਲੇ ਨਹੀਂ। ਅਤੇ ਮੇਰੀ ਇੱਕ ਅਪੀਲ ਹੈ ਮੇਰੇ ਛੋਟੇ ਭੈਣ ਭਰਾਵਾਂ ਤੋਂ ਕਿ ਆਪਣੇ ਵਿਰਸੇ ਨੂੰ ਅਸੀਂ ਸਾਂਭੀਏ, ਗੱਤਕਾ ਖੇਡੀਏ, ਪਾਠ ਕਰੀਏ, ਨਾਲੇ ਪੰਜਾਬੀ ਬੋਲੀਏ ਅਤੇ ਪੰਜਾਬੀ ਸਿੱਖੀਏ। ਅਤੇ ਮੈਂ ਇੱਕ ਛੋਟੀ ਜਿਹੀ ਵਾਰ ਵੀ ਤੁਹਾਨੂੰ ਸੁਣਾਉਣਾ ਚਾਹਾਂਗੀ। ਤੇਰੇ ਖੰਡੇ ਨੇ ਜਿਨ੍ਹਾਂ ਦੇ ਸੀ ਮੂੰਹ ਮੋੜੇ, ਤੇਰੇ ਖੰਡੇ ਨੇ ਜਿਨ੍ਹਾਂ ਦੇ ਸੀ ਮੂੰਹ ਮੋੜੇ, ਉਹ ਅੱਜ ਫੇਲ ਲਲਕਾਰੀਆਂ ਮਾਰਦੇ ਨੇ। ਬਾਜਾਂ ਆੜਿਆ ਭੇਜ ਬਾਜਾਂ ਨੂੰ ਮੁੜ ਕੇ, ਬਾਜਾਂ ਆੜਿਆ ਭੇਜ ਬਾਜਾਂ ਨੂੰ ਮੁੜ ਕੇ, ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਗਗਨ ਦ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬਜੂ ਜਨ ਕੋ ਦਾਓ, ਖੇਤ ਜੋ ਮਾਂਡਿਓ ਸੂਰਮਾ ਸੂਰਮਾ
जोतो प्रेम खेलन का चाओ सिर तर तली गली मेरी आओ। जोतो प्रेम खेलन का चाओ सिर तर दली गली मेरी आओ। इत मार्ग पैर तेरी जय सिर दी जय कान न की जय। इत मार्ग पैर तेरी जय सिर दी जय कान न की जय। गगन द मामा बाजियो परयो निशाने गाओ। खेत जो मांडियो सूरमा अब जू जन को दाओ। खेत जो मांडियो सूरमा सूरमा अब जू जन को दाओ। गगन द मामा बाजियो परयो निशाने गाओ। गतका करदे वक्त लगदी भी है मशाल घुमांद वक्त लगी सी ना गले ते भी और मुंह ते भी। हाँ मैनू लग गई सी लास्ट टाइम उदो एक बाणी वाले वीर जी भी उत्थे ही सीगे उन्होंने भी वेख्या सी मैनू इत्थे कट लग गया सीगा गर्दन ते। उस वेले किन्ना हुंदा है ना कि भी असीं खेडांगे सानू लग जाएगी। उस वेले कुछ आंदा ही नहीं दिमाग दे विच नहीं सानू हुंदा कि भी नहीं असीं किरपाना घुमानियां ने मशालां घुमानियां ने सोटियां नाल खेडना है ते भावें सामने कोई भी होवे असीं पूरे जोहर दे नाल खेडना है असीं करना है गतका सानू वधिया लगदा। ते उस वेले गुरु महाराज इन्नी मेहर करदे आ साडे ते सानू कोई डर भी दिल दे विच जरा भी नहीं आउंदा ते वधिया जिहा लगदा जदों लग जांदी है ते पता चलदा है कि हाँ दस दसदे भी आ फखर दे नाल कि हाँ भी अज असीं गतका करन लग गई है गतका खेडिया लगी है ते इन्नी खुशी हुंदी है कि गतका खेडिया लगी इदां। फिर जदों लगे ना ते एवें लगदा गतका खेडे ही नहीं आ। जिद्दां इस बारी मैं सब तो वड्डा वाला चक्कर घुमाया मैनू इन्नी वधिया फीलिंग आई कि वाह मुंडे नहीं घुमा सकते सी वो चक्कर जिहड़ा मैं घुमाया। वो अग वाला मसाला वाला चक्कर बहुत इदां फील होया कि वाह। और उत्तों दी पिछे बोले बोले सोने हाल जदों कोई कारे जदों लगदे ने उदों लगदा कि हाँ अज असी गतका खेडिया अज कोई खेडिया है गतका किसी ने खेडिया किसी ने जौहर विखाए ने अपने सिंह दिखाया सिंह ने कि यह असी साडा विरसा हैगा गतका साडा जिहड़ा विरसा है ये इहनूं कहिंदे साडे धर्म की यही खासियत है जिन्हें कुड़ी ते मुंडे नूं दोनों नूं बराबर समझ के चलाया हर हर वार ऐ हुंदा खालसा जी जी। जिवें असीं हुण दिल्ली तों जम्मू आए हाँ तो साडे मतलब प्रैक्टिस नहीं हो सकती तो असीं मेरा साहब जांदे हाँ जान बस खालसा अखाड़े च तो वह किन्ना सानूं मान सम्मान देंदे ने कि कुड़ी होर मुंडे च कोई फर्क नहीं करदे प्रैक्टिस कराउंदे ने किन्ने वधिया तरीके नाल जी मतलब बिल्कुल कोई फर्क नहीं रखते। जिदा पापा ने साडे विच कदे कोई फर्क नहीं रखिया पापा ने कहा कि मेरी कुड़ियां जिहड़ियां हैगियां ने मैं इन्हां नूं कुड़ियां हो के इहो जिहे काम कराने जिहड़े मुंडे भी ना कर सकन। मुंडियां तो वध के सानूं घर प्यार मिला सानूं घर प्यार मिलिया सानूं साडे उत्ते हार्ड वर्क भी पापा ने उन्ना कीता इन्ने पापा ने कोई ऐ नहीं देखी कि मेरी कुड़ियां नूं लग जाएगी वो कुड़ियां ने ऐ नहीं हमेशा यह सोच के कि मेरे बच्चे ने मेरे मुंडियां तो भी वध के इन्हां नूं कुछ बनाना। जिस वेले मैं सीखन लगी सी उस वेले 4 साल की सी ते उदों भी पापा ने ऐ नहीं वेख्या कि मैं निक्की जी कुड़ी नूं किदां सिखा रहा। उन्हें बहुत हार्श प्रैक्टिस करवाई बहुत हार्श उन्होंने कई बार जदों मैं बहुत ज़्यादा गलतियाँ करनियाँ उन्हें गल नहीं सुननी तो सानू कुट भी पई है ईवन क्यों वह सानू किसी मुकाम ते देखना चाहते सी ते अज उन्होंने मेरे नाल गुरु महाराज की मेरे नाल चाचा जी की हैल्प दे नाल असी इस मुकाम ते पहुँचे हाँ कि भी सानू संगत इन्ना प्यार कर रही है सानू गुरु महाराज की इन्नी मेहर है कि गुरु महाराज का भी सानू प्यार है। चाचा जी ने सब तो पहला दीदी जी ने सिखाया तो शुरू करवाया दीदी ट्यूशन का टाइम सीगा तो दीदी कहिंदे मैनू ट्यूशन नहीं जाना तो चाचा लैके आए सोटियाँ और कहिंदे चल गतका सिखांदा तैनू उत्थों दी साडी गतके दी दा सफर शुरू होया तो अज असीं इत्थे चारों भैणां पहुँच गए। कहनू तो असीं चार भैणां लेकिन एक दूजे नू सिक्खी बारे चीज़ां दसदियाँ जिंदगी बारे चीज़ां दसदियाँ तो एक दूजे नाल रहना। वेला आ गया ए दादी जुदाई दा असाज मुड़ के आना नहीं तेनू दसीए किवें की होना है तेरी अखियां नू असी रुलाउणा नहीं तेरी अखियां नू असी रुलाउणा नहीं। वाहिगुरु जी का खालसा वाहिगुरु जी की फतेह। Yeah.
ਜਾਏ।